ਸੱਚ ਨੂੰ ਜਾਣਦਾ ਨਹੀਂ ਉਹ, ਕਮੀ ਇਹ ਹੈ। ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ, ਸੱਚਾ ਆਪ ਬੈਠੇ ਆ ਕੇ ਹਿਰਦੇ ਤਾਂ ਜਾਣੇ ਸੱਚ ਨੂੰ। ਕੂੜਕੀ ਮਲ ਉਤਰੇ ਤਨ ਕਰੇ ਅੱਛਾ ਧੋਏ, ਕੂੜਕੀ ਮਲ ਕੀ ਆ ਸਰੀਰ, ਕੂੜ ਦੀ ਮਲ ਤਾਂ ਸਰੀਰ ਇਹ ਹੈ, ਇਹਨੂੰ ਤਾਂ ਲਾਈ ਹੈ ਮਿੱਟੀ ਮੂਹਰੇ ਮੈਲ ਵੀ ਸੱਚ ਨੂੰ ਜਾਣਨ ਵਾਸਤੇ। ਜਦੋਂ ਸੱਚ ਦੀ ਔਰ ਝੂਠ ਦੀ ਉਹਨੂੰ ਪਛਾਣ ਦੱਸੀ, ਸੱਚ ਕੀ ਹੁੰਦਾ, ਜਿਹੜਾ ਅੰਦਰਲਾ ਸਰੀਰ ਹੈ ਜਿਹਨੂੰ ਹੁਣੇ ਕਿਹਾ ਸੀ ਬੇਟਾ ਬੋਲਦਾ, ਉਹਦੀ ਖੁਰਾਕ ਕੀ ਹੈ ਉਹ ਦੱਸ, ਉਹਦੀ ਕੀ ਖੁਰਾਕ ਹੈ। ਇਹ ਤਾਂ ਬਾਹਰਲੇ ਸਰੀਰ ਦੀ ਖੁਰਾਕ ਹੈ। ਤੂੰ ਕਹਿੰਦਾ ਮੈਨੂੰ ਪਿਆਸ ਲੱਗੀ ਹੋਈ ਹੈ, ਪਾਣੀ ਘਟਿਆ ਸਰੀਰ ਦਾ, ਡਾਕਟਰ ਕਹਿੰਦੇ ਨੇ ਸਰੀਰ ਦਾ ਪਾਣੀ ਘਟ ਗਿਆ, ਡਾਕਟਰ ਤਾਂ ਡਾਕਟਰੀ ਬੋਲੀ 'ਚ ਬੋਲਣਗੇ, ਕਹਿੰਦੇ ਇਹਦਾ ਸਰੀਰ ਦਾ ਪਾਣੀ ਘਟ ਗਿਆ, ਗਲੂਕੋਜ਼ ਲਾਓ ਇਹਨੂੰ, ਸਰੀਰ ਦਾ ਪਾਣੀ ਘਟ ਗਿਆ, ਪਿਆਸ ਉਹਨੂੰ ਲੱਗਦੀ ਨਹੀਂ, ਮਰਜੂਗਾ, ਪਿਆਸ ਵੀ ਨਹੀਂ ਲੱਗਦੀ, ਮਰਜੂਗਾ ਬਿਨਾਂ ਪਾਣੀ ਤੇ, ਜ਼ਰੂਰੀ ਨਹੀਂ ਹੈ ਪਿਆਸ ਲੱਗਣੀ, ਹਰ ਵਕਤ ਲੱਗਦੀ ਹੋਵੇ, ਪਿਆਸ ਲੱਗਣੀ ਜ਼ਰੂਰੀ ਨਹੀਂ ਹੈ, ਸਰੀਰ ਦਾ ਪਾਣੀ ਘਟ ਜਾਂਦਾ, ਪਿਆਸ ਹੁੰਦੀ ਨਹੀਂ, ਮਰ ਜਾਂਦਾ ਆਦਮੀ। ਡਾਕਟਰੀ ਬੋਲੀ ਹੋਰ ਹੈ ਫਿਰ ਇੱਥੇ, ਕਿਉਂ ਟੈਕਨੀਕਲ ਆਦਮੀ ਹੈ ਨਾ, ਹੋਰ ਟੈਕਨੀਕਲ ਬੋਲੀ ਹੈ ਉਹਦੀ, ਸਾਡੀ ਬੋਲੀ ਕੀ ਹੈ, ਸਾਡੀ ਬੋਲੀ ਤਾਂ ਸਿੱਧੀ ਹੋਈ ਹੋਈ ਹੈ, ਆਪਣੀ ਬਣਾਈ ਹੋਈ, ਆਪਣੀ ਬਣਾਈ ਹੋਈ ਹੈ ਸਾਡੀ ਬੋਲੀ। ਆਤਮਾ ਦੀ ਖੁਰਾਕ ਕੀ ਹੈ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਉਹ ਕਹਿੰਦਾ ਜਿਹੜਾ ਤੇਰੇ ਕੋਲ ਗਿਆਨ ਹੈ ਚਾਹੇ ਕਿਹਾ ਜਾ ਵੀ ਹੈ, ਇਹ ਤੇਰੀ ਖੁਰਾਕ ਹੈ, ਕਿਹਦੀ ਖੁਰਾਕ ਹੈ ਸਰੀਰ ਦੀ। ਕੋਈ ਕਹਿੰਦਾ ਮੇਰਾ ਤਾਂ ਪੜ੍ਹਨ 'ਚ ਜੀ ਨਹੀਂ ਲੱਗਦਾ, ਜੀ ਨਹੀਂ ਲੱਗਦਾ, ਜੀ ਖੇਡਾਂ 'ਚ ਲੱਗਦਾ, ਜੀ ਨਾਲ ਸੰਬੰਧ ਹੋਇਆ ਨਾ ਫਿਰ ਪੜ੍ਹਾਈ ਦਾ, ਸਰੀਰ ਨਾਲ ਤਾਂ ਨਾ ਸੰਬੰਧ ਹੋਇਆ ਨਾ, ਸਰੀਰ ਨਾਲ ਤਾਂ ਨਾ ਸੰਬੰਧ ਹੋਇਆ ਪੜ੍ਹਾਈ ਦਾ, ਆਤਮਾ ਨਾਲ ਸੰਬੰਧ ਹੈ ਗਿਆਨ ਦਾ, ਗਿਆਨ ਦਾ ਸਰੀਰ ਨਾਲ ਕੀ ਸੰਬੰਧ ਹੈ, ਆਤਮਾ ਨਾਲ, ਇਹ ਤਾਂ ਗਿਆਨ ਦਾ, ਗਿਆਨ ਦਾ ਬੁੱਧੀ ਨਾਲ ਸੰਬੰਧ ਹੈ, ਅਕਲ ਨਾਲ ਸੰਬੰਧ ਹੈ। ਉਹ ਕਹਿੰਦੇ ਅਕਲ ਵੀ ਕੋਈ ਚੀਜ਼ ਹੈ, ਕਹਿੰਦੇ ਹਾਂ ਹੈ, ਦਿਖਾ ਕਿੱਥੇ ਆਉਂਦੀ ਹੈ, ਮੈਨੂੰ ਅਕਲ ਦਿਖਾ ਆਪਣੀ ਕੀ ਹੈ ਤੇਰੀ, ਤੁਸੀਂ ਕਹਿੰਦੇ ਹੋ ਅਕਲ ਹੈ, ਇਹ ਅਕਲਮੰਦ ਹੈ, ਇਹ ਅਕਲਮੰਦ ਹੈ ਨਹੀਂ, ਅਕਲ ਦਿਖਾ ਦੇ ਮੈਨੂੰ ਕਿਹੋ ਜਿਹੀ ਹੁੰਦੀ ਹੈ, ਤੂੰ ਅਕਲ ਦਿਖਾ ਦੇ, ਮੈਂ ਤੈਨੂੰ ਬਾਕੀ ਦਿਖਾ ਦਿੰਦਾ ਸਭ ਕੁਛ, ਇੱਥੇ ਖੜੀ ਕਰ ਮੇਰੇ ਸਾਹਮਣੇ ਅਕਲ ਕੀ ਹੈ, ਕੌਣ ਅਕਲ ਨੂੰ ਬਾਹਰ ਖੜੀ ਦਿਖਾਵੇ, ਅਕਲ ਦੀ ਸ਼ਕਲ ਕੌਣ ਦਿਖਾਵੇ, ਅਤੇ ਅਕਲ ਫਿਰ ਕਹਿੰਦੇ ਕਹਦੇ ਉਹ ਜੇ ਅਕਲ ਹੈ ਨਹੀਂ, ਦਿਖਾ ਨਹੀਂ ਸਕਦੇ। ਅਕਲ ਦਾ ਨਾਂ ਕਿਉਂ ਰੱਖਿਆ, ਕਿਉਂ ਕਹਿੰਦੇ ਹੋ, ਜੇ ਅਕਲ ਦਿਖਾ ਨਹੀਂ ਸਕਦੇ, ਅਕਲ ਹੈ ਨਹੀਂ ਕੋਈ ਅੱਖਾਂ ਨੂੰ ਦਿਖਣ ਵਾਲੀ ਚੀਜ਼, ਫਿਰ ਉਹਦਾ ਨਾਂ ਕਾਹਦੇ ਰੱਖਿਆ ਹੋਇਆ, ਸਭ ਕੁਛ ਮੰਨੀ ਬੈਠੇ ਨੇ ਇਹ, ਸਭ ਕੁਛ ਮੰਨੀ ਵੀ ਬੈਠੇ ਨੇ, ਸਭ ਕੁਛ ਤੇ ਮੁੱਕਰੀ ਵੀ ਜਾਂਦੇ ਨੇ, ਤਾਂ ਮੂਰਖ ਨੇ ਵਿਦਵਾਨ, ਤਾਂ ਮੂਰਖ ਨੇ, ਮੰਨਿਆ ਹੋਇਆ ਸਭ ਕੁਛ, ਅਕਲ ਦਿਖਾਉਣ ਕੀ ਹੁੰਦੀ ਹੈ, ਇਹ ਅਕਲ ਦੀ ਹੀ ਇੱਕ ਸਟੇਜ ਹੈ, ਅਕਲ ਦੀ ਸਟੇਜ ਹੈ, ਜਾਂ ਅਕਲ ਬਦਲ ਜਾਂਦੀ ਹੈ, ਨਿਬੁੱਧ ਬਦਲ ਜਾਂਦੀ ਹੈ, ਹਾਲੇ ਮਾਇਆ ਦੇ ਵਿੱਚ ਚਾਹੁੰਦੀ ਹੈ ਬੜਾ ਹੁਣ, ਮਾਇਆ ਦੇ ਅਮੀਰ ਹੋ ਕੇ ਸਰਦਾਰੀਆਂ ਲੈ ਕੇ ਸੰਸਾਰ 'ਚ ਵਡਿਆਈ ਨੂੰ ਤਰਜੀਹ ਦੇ ਰਹੀ ਅਕਲ ਹਾਲੇ, ਸੰਸਾਰੀ ਵਿਦਿਆ 'ਚੋਂ ਮਾਇਆ ਹੀ ਪ੍ਰਾਪਤ ਹੁੰਦੀ ਹੈ, ਸੰਸਾਰੀ ਵਡਿਆਈ ਮਿਲਦੀ ਹੈ, ਜਿਹੜੀ ਇੱਥੋਂ ਹਟ ਜਾਏ ਬੁੱਧੀ, ਨਿਰਾਕਾਰੀ ਬੁੱਧੀ, ਉਹ ਫਿਰ ਦਰਗਾਹ ਦੇ ਵਿੱਚ ਅਕਲ ਦੀ ਵਡਿਆਈ ਲੈਂਦੀ ਹੈ, ਜਿਹੜੀ ਦਰਗਾਹ ਦੀ ਵਡਿਆਈ ਲੈਣ ਵਾਲੀ ਅਕਲ ਹੈ, ਉਹ ਅਕਲ ਨਹੀਂ ਮਰਦੀ ਹੈ, ਉਹਦੀ ਮੌਤ ਨਹੀਂ ਹੈ, ਇਹਨਾਂ ਦੀ ਮੌਤ ਹੈ, ਸੰਸਾਰੀ ਅਕਲ ਦੀ ਮੌਤ ਹੈ। ਜਿਵੇਂ ਸੰਸਾਰ ਦੀ ਉਮਰ ਥੋੜ੍ਹੀ ਹੈ, ਸੰਸਾਰੀ ਅਕਲ ਦੀ ਵੀ ਉਮਰ ਥੋੜ੍ਹੀ ਹੈ, ਜਿਵੇਂ ਸੰਸਾਰ ਹਮੇਸ਼ਾ ਨਹੀਂ ਰਹਿੰਦਾ, ਸੰਸਾਰੀ ਅਕਲ ਵੀ ਹਮੇਸ਼ਾ ਨਹੀਂ ਰਹਿੰਦੀ। ਜੇ ਸੱਚ ਹਮੇਸ਼ਾ ਰਹਿੰਦਾ ਹੈ, ਤਾਂ ਸੱਚ ਦੀ ਜਾਣਨ ਵਾਲੀ ਅਕਲ ਵੀ, ਸੱਚੀ ਸੁੱਚੀ ਅਕਲ ਵੀ ਹਮੇਸ਼ਾ ਰਹਿਣ ਵਾਲੀ ਹੋ ਜਾਂਦੀ ਹੈ।
ਇੱਥੇ ਆ ਕੇ ਗੱਲ ਮੁੱਕਦੀ ਹੈ। ਜੇ ਸੱਚ ਪੁਰਾਣਾ ਨਹੀਂ ਹੁੰਦਾ ਇਹ ਗੱਲ ਠੀਕ ਹੈ ਤਾਂ ਉਹ ਬੁੱਧੀ ਵੀ ਪੁਰਾਣੀ ਨਹੀਂ ਹੁੰਦੀ, ਉਹ ਪੁਰਾਣੀ ਨਹੀਂ ਹੁੰਦੀ ਤਾਂ ਹੀ ਕਿਹਾ ਗੁਰਮੁਖ ਬੁੱਢੇ ਕਦੇ ਨਹੀਂ, ਗੁਰਮੁਖ ਬੁੱਢੇ ਕਦੇ ਨਹੀਂ ਜੇ ਅੰਤਰ ਸੁਰਤ ਗਿਆਨ, ਪੁਰਾਣਾ ਹੋਣਾ ਹੀ ਨਹੀਂ ਹੁਣ ਉਹ ਅਕਲ ਦਾ ਪੁਰਾਣਾ ਹੋਣਾ, ਬੁੱਢਾ ਸਰੀਰ ਦੀ ਗੱਲ ਹੀ ਨਹੀਂ ਹੈ ਉੱਥੇ, ਤੁਸੀਂ ਸਰੀਰ ਦੀ ਗੱਲ ਸਮਝੀ ਜਾਂਦੇ ਹੁਣ ਬੇਅਕਲਾਂ ਨੂੰ ਅਸੀਂ ਕੀ ਕਰੀਏ, ਉੱਥੇ ਸਰੀਰ ਬਾਹਰਲੇ ਦੀ ਕੋਈ ਗੱਲ ਨਹੀਂ ਹੈ, ਉਸ ਅਵਸਥਾ ਜਾ ਕੇ ਬਾਹਰਲੀ ਮਾਇਆ ਦੀ ਗੱਲ ਹੁੰਦੀ ਹੋਈ ਨਹੀਂ, ਜਿਹਨੂੰ ਇਹ ਅਕਲੇ ਨਹੀਂ ਬੁੱਧੀ ਨਹੀਂ ਇੰਨੀ ਉਹਦੇ ਨਾਲ ਗੱਲ ਕੀ ਕਰੀਏ, ਉਹ ਬੁੱਧੀਹੀਨ ਨੇ, ਇਹ ਵਿਦਵਾਨ ਵੀ ਬੁੱਧੀਹੀਨ ਨੇ ਸਾਰੇ, ਜਿਹੜੇ ਟੈਂਟੇ ਕਰਦੇ ਨੇ ਨਾ ਦਸਮ ਗ੍ਰੰਥ ਦੇ ਖਿਲਾਫ, ਇਹ ਬੁੱਧੀਹੀਨ ਨੇ ਸਾਰੇ ਹੀ, ਸਾਬਤ ਕਰ ਦੇਣੇ ਨੇ ਬੁੱਧੀਹੀਨ ਨੇ, ਇਹ ਤਾਂ ਬਹੁਤ ਦੇਰ ਪਹਿਲਾਂ ਸਾਬਤ ਕਰ ਦੇਣੇ ਸੀ, ਇਹ ਤਾਂ ਉਹ ਨਹੀਂ ਮੰਨੇ ਅਕਾਲ ਤਖ਼ਤ ਵਾਲੇ, ਉਹਨਾਂ ਨੇ ਕਿਹਾ ਵੀ ਜੇ ਇਹਨਾਂ ਨੇ ਸਾਬਤ ਕਰਦੇ ਸਾਡਾ ਕੀ ਬਣੂ, ਫਿਕਰ ਤਾਂ ਆਪਣਾ ਸੀ ਉਹਨਾਂ ਨੂੰ ਵੀ ਸਾਡਾ ਕੀ ਬਣੂਗਾ, ਫਿਰ ਅਸੀਂ ਉਹ ਵੀ ਤਾਂ ਇਹਨਾਂ ਵਰਗੇ ਹੀ ਨੇ, ਅਸਲ 'ਚ ਉਹਨਾਂ ਨੂੰ ਆਪਣਾ ਫਿਕਰ ਕਹਿ ਵੀ ਸਾਡਾ ਕੀ ਬਣੂਗਾ, ਜਿਹੜੇ ਉੱਥੇ ਵਿਦਵਾਨ ਨੇ ਉਹਨਾਂ ਕੋਲ ਬੈਠੇ, ਜਿਹੜੇ ਗੋਲ ਕਚੋ ਜਿਹਨਾਂ ਦੀ ਰੋਟੀ ਲੰਗਰ ਪਾਣੀ ਚੱਲਦਾ, ਉਹਨਾਂ ਨੇ ਕਿਹਾ ਸਾਡਾ ਕੀ ਬਣੂ, ਗੱਲ ਇਹ ਹੈ ਹੋਰ ਕੁਛ ਨਹੀਂ, ਇਹ ਗੱਲ ਪਿੱਛੇ ਰਹਿ ਗਈ ਸੱਚ ਵਾਲੀ ਅਰ ਗੁਰਮਤ ਵਾਲੀ, ਪਹਿਲਾ ਫਿਕਰ ਉਹਨਾਂ ਰੋਟੀ ਦਾ ਪੈ ਜਾਂਦਾ ਵੀ ਜਿਹੜੀ ਦਾਲ ਫੁਲਕਾ ਚੱਲਦਾ ਸਾਡਾ ਗੱਡੀਆਂ 'ਚ ਫਿਰਦੇ ਹਾਂ ਤੁਰੇ, ਇਹਦਾ ਕੀ ਬਣੂਗਾ, ਆਪਣੀ ਚਿੰਤਾ ਪਹਿਲਾਂ ਸਤਾਉਣ ਲੱਗ ਜਾਂਦੀ ਹੈ, ਗੁਰਮਤ ਪਿੱਛੇ ਰਹਿ ਜਾਂਦੀ ਹੈ, ਇਹ ਤਾਂ ਉਹ ਕਰੂਗਾ ਜਿਹਨੂੰ ਗੁਰਮਤ ਦੀ ਉਹ ਗੱਲ ਹੋਵੇ, ਆਪਣੀ ਚਿੰਤਾ ਨਾ ਹੋਵੇ, ਇੱਥੇ ਤਾਂ ਆਪਣੀ ਚਿੰਤਾ ਹੈ, ਨਾਨਕ ਕਹਿੰਦਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ, ਪਰ ਇਹ ਚਿੰਤਾ ਕਰਦੇ ਨੇ, ਇਹਨਾਂ ਨੂੰ ਚਿੰਤਾ ਖਾਈ ਜਾਂਦੀ ਹੈ, ਇਹਦਾ ਹੁੰਦਾ ਗੁਰਬਾਣੀ ਨਹੀਂ ਮੰਨਦੇ ਬਿਲਕੁਲ ਵੀ, ਜੇ ਗੁਰਬਾਣੀ ਮੰਨਦੇ ਹੁਣ ਚਿੰਤਾ ਕਿਉਂ ਕਰਨ, ਇਹ ਚਿੰਤਾ ਛੱਡ ਦੇਣ, ਗੁਰਬਾਣੀ ਨੂੰ ਮੰਨ ਲੈਣ ਅਪਣਾ ਲੈਣ, ਕੁਛ ਨਹੀਂ ਹੋਣ ਵਾਲਾ, ਕੁਛ ਨਹੀਂ ਨੁਕਸਾਨ ਹੁੰਦਾ ਤੁਹਾਡਾ, ਮਾਇਆ ਤਾਂ ਇਹ ਮਾਇਆ ਤਾਂ ਅੱਗੇ ਪਿੱਛੇ ਫਿਰਦੀ ਹੁੰਦੀ ਹੈ, ਮਾਇਆ ਦੀ ਨਹੀਂ ਗੱਲ ਹੁੰਦੀ ਚਿੰਤਾ, ਪਰ ਉਹ ਵਿਦਵਾਨ ਨੇ ਵਿਚਾਰੇ, ਉਹਨਾਂ ਕੋਲ ਇੰਨਾ ਜੇਰਾ ਨਹੀਂ ਹੈ। ਚੰਡ ਸੰਭਾਰ ਤਵੇ ਫਲ ਧਾਰ ਲਿਓ, ਤਵੇ ਫਲ ਧਾਰ, ਚੰਡ ਸੰਭਾਰ ਤਵੇ ਫਲ ਧਾਰ ਲਿਓ, ਨਹੀਂ ਲਿਓ ਨੀ, ਗਹਿ ਨਾਰ ਧਰਾ ਪਰ ਮਾਰਿਓ, ਲਿਓ ਗਹਿ ਨਾਰ, ਉਹਦੀ ਗਰਦਨ ਫੜ ਲਈ, ਗਰਦਨ ਤੋਂ ਫੜਿਆ ਨਾ ਇਹ ਜਿਹੜੀ ਗੱਲ ਹੈ, ਇਹ ਗਰਦਨ ਤੋਂ ਫੜਦੀ ਹੈ ਵਿਦਵਾਨਾਂ ਨੂੰ, ਫੜ ਲੈਣਾ ਗਰਦਨ ਤੋਂ, ਗਰਦਨ ਤੋਂ ਫੜ ਕੇ ਫੜ ਦਿੱਤਾ, ਉਹ ਕਹਿੰਦੇ ਇੱਥੇ ਦੱਸ ਜੇ ਇੱਥੋਂ ਗਰਦਨ ਘੁੱਟਦੀ ਹੈ ਤੇਰੀ ਜਿਉਂਦਾ ਰਹੇਗਾ, ਸਾਹ ਕੌਣ ਲੈਂਦਾ ਅੰਦਰ ਤੇਰੇ, ਜਾਂ ਸੌ ਜਾਂਦੇ ਦੱਸ ਕੌਣ ਸਾਹ ਲੈਂਦਾ, ਸੌ ਜਾਂਦਾ ਤੂੰ, ਹੱਥ ਤਾਂ ਹਿਲਦਾ ਨਹੀਂ, ਸਾਹ ਕੌਣ ਲੈਂਦਾ, ਉਹਦਾ ਸਾਹ ਲੈਂਦਾ ਉਹਦੀ ਗੱਲ ਕਰਦੇ ਹਾਂ ਅਸੀਂ, ਤੇਰੀ ਨਹੀਂ ਕਰਦੇ, ਤੇਰੀ ਵਜ੍ਹਾ ਨਾਲ ਤੂੰ ਜਿਉਂਦਾ ਨਹੀਂ, ਇਹ ਸਰੀਰ ਨਹੀਂ ਜਿਉਂਦਾ, ਤੇਰੀ ਵਜ੍ਹਾ ਨਾਲ ਨਹੀਂ ਜਿਉਂਦਾ ਸਰੀਰ, ਸਾਹ ਲੈਣ ਵਾਲਾ ਕੋਈ ਹੋਰ ਹੈ, ਤੂੰ ਬੇਹੋਸ਼ ਪਿਆ ਬੰਦਾ ਹੈ, ਪੰਜ ਪੰਜ ਸਾਲ ਪਿਆ ਰਹਿੰਦਾ, ਸਾਹ ਤੇਰਾ ਪਿਓ ਲੈਂਦਾ, ਕੌਣ ਲੈਂਦਾ ਸਾਹ, ਐਂ ਫੜਿਆ ਗਰਦਨ ਤੋਂ ਸਾਹ ਆਉਂਦਾ ਹੈ, ਸਾਹ ਕੌਣ ਲੈਂਦਾ, ਗੱਲ ਵੀ ਠੀਕ ਹੈ, ਤੂੰ ਸੁੱਤਾ ਪਿਆ ਸੀ ਤੈਨੂੰ ਤਾਂ ਪਤਾ ਹੀ ਨਹੀਂ ਸਰੀਰ ਕਿੱਥੇ ਹੈ, ਸਾਹ ਕੌਣ ਲੈਂਦਾ ਸੀ, ਉਹਦਾ ਸਾਹ ਲੈਂਦਾ ਉਹਦੀ ਗੱਲ ਕਰਦੇ ਹਾਂ ਅਸੀਂ, ਆਉਂਦਾ ਨਾ ਸਾਹ ਤਾਂ, ਉਹ ਪੇਟ ਵਿੱਚ ਤਾਂ ਸਾਹ ਨਹੀਂ ਸੀ ਆਉਂਦਾ, ਉੱਥੇ ਜਿਉਂਦਾ ਰੱਖਿਆ ਤੈਨੂੰ,